ਮੁਰਦਾ ਘਰ ਵਿੱਚ ਪਈ ਇਹ ਲਾਸ਼ ਗੁਰਪਿਆਰ ਸਿੰਘ ਦੀ ਹੈ ਜੋ ਦਿੜਬਾ ਦੇ ਸਰਕਾਰੀ ਸਕੂਲ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਸੀ। ਗੁਰਪਿਆਰ ਸਵੇਰੇ ਘਰੋਂ ਸਕੂਲ ਗਿਆ ਪਰ ਛੁੱਟੀ ਵੇਲੇ ਉਸ ਨਾਲ ਅਜਿਹਾ ਹਾਦਸਾ ਵਾਪਰਿਆ ਕਿ ਗੁਰਪਿਆਰ ਆਪਣੇ ਘਰ ਸਹੀ ਸਲਾਮਤ ਨਾ ਪਹੁੰਚ ਕੇ ਬਲਕਿ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਲਾਸ਼ ਬਣ ਕੇ ਪਹੁੰਚਿਆ। ਅਤੇ ਆਪਣੇ ਇਹ ਪ੍ਰਾਈਵੇਟ ਸਕੂਲ ਦੀ ਬੱਸ ਹੀ ਕੋਈ ਇਹਨਾਂ ਲਵੇ ਅਥੋਰਟੀ ਨਹੀਂ ਦੀ, ਨਾ ਇਹਨਾਂ ਨੇ ਪ੍ਰਸ਼ਾਸਨ ਦੀ, ਨਾ ਅਤੇ ਪ੍ਰਿੰਸੀਪਲ ਦੇ ਸਕੂਲ ਦੀ ਕੋਈ ਇਹਨਾਂ ਲਵੇ ਮੰਨ ਲਓ ਕਿ ਜਾਂ ਇਨਫੋਰਮੇਸ਼ਨ ਦਿੱਤੀ ਵੀ ਆ ਸਾਡਾ ਕੋਈ ਪ੍ਰੋਗਰਾਮ ਆ। ਇਹ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਸਕੂਲ ਵਾਲੇ ਬੈਨ ਲੈ ਕੇ ਨੇ ਉਰੇ, ਅਤੇ ਗੱਡੀ ਪੁਰਾਣੀ ਹੋਣ ਕਾਰਨ, ਚੜ੍ਹਾਈ ਜ਼ਿਆਦਾ ਹੋਣ ਕਾਰਨ ਗੱਡੀ ਬੈਕ ਹੋਈ ਹੈ ਅਤੇ ਇੱਕ ਬੱਚੇ ਦੀ ਉਹ ਨੀਚੇ ਆਉਣ ਕਾਰਨ ਡੈਥ ਹੋ ਗਈ ਅਤੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਈ, ਸਾਰੇ ਮਾਸਟਰ ਵੀਰੋ ਚੱਲ ਗਏ, ਉਹ ਬੱਚੇ ਦੀ ਡੈਥ ਹੋ ਚੁੱਕੀ ਆ। ਇਹਨਾਂ ਵਿਰੁੱਧ ਕੋਈ ਸਖਤ ਕਾਰਵਾਈ ਹੋਵੇ ਅਤੇ ਇਹਨਾਂ ਦੇ ਘਰਦਿਆਂ ਨੂੰ ਇਨਸਾਫ ਮਿਲੇ। ਕੀ ਸਰਕਾਰੀ ਸਕੂਲ ਦੇ ਮੁਲਾਜ਼ਮਾਂ ਨੇ ਵੀ ਬੱਚੇ ਦੀ ਕੋਈ ਦੇਖਭਾਲ ਨਹੀਂ ਕੀਤੀ ਉਰੇ? ਨਹੀਂ, ਐਂ ਤਾਂ ਸਰ ਉਹ ਨਾਲ ਚੱਕ ਕੇ ਲੈ ਗਏ ਗੱਡੀ 'ਚ ਪਾ ਕੇ ਗਿਆ, ਪਰ ਉਹ ਜਿਹੜਾ ਗੱਡੀ ਵਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਗੱਡੀ ਖੜਾ ਕੇ, ਅਤੇ ਜੋ ਗੱਡੀ ਆ ਸਕੂਲ ਦੇ ਟੀਚਰ ਨੇ ਉਹਨੂੰ ਉੱਤੋਂ ਲਾਹੀ ਆ ਅਤੇ ਉਹ ਨਾਲ ਚੱਕ ਕੇ ਲੈ ਕੇ ਗਏ ਨੇ ਖੁਦ। ਉਹ ਸਰਬ ਸਰਕਾਰੀ ਸਕੂਲ ਦੀ ਵੈਨ ਆ ਜੀ। ਕਿਹੋ ਜਿਹੀ ਕੰਡੀਸ਼ਨ ਕੀ ਹੈ ਵੈਨ ਦੀ? ਵੈਨ ਜਮੀ ਕੰਡੀਸ਼ਨ, ਮੰਨ ਲਓ ਤੁਸੀਂ ਦੇਖ ਲਓ, ਡਰਾਈਵਰ ਲੋਕ ਖੁਦ ਮਿਲਣਾ ਲਾਇਸੈਂਸ ਵੀ ਹੋਣਾ, ਗੱਡੀ ਵੀ ਖੁਦ ਪੁਰਾਣੀ ਗੱਡੀ ਆ। ਜਦੋਂ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਕਿ ਸਰਕਾਰੀ ਸਕੂਲ ਵਿੱਚ ਨਿੱਜੀ ਸਕੂਲਾਂ ਦੀਆਂ ਬੱਸਾਂ ਕਿਸ ਲਈ ਆਈਆਂ ਸਨ, ਤਾਂ ਉਹਨਾਂ ਕਿਹਾ ਸਕੂਲ ਵਿੱਚ ਮੈਥ ਮੇਲਾ ਚੱਲ ਰਿਹਾ ਸੀ। ਸਕੂਲ ਦੇ ਵਿੱਚ ਅੱਜ ਮੈਥ ਮੇਲਾ ਲਗਾਇਆ ਸੀਗਾ। ਮੈਥ ਮੇਲਾ ਦੇਖਣ ਵਾਸਤੇ ਵੱਖ ਵੱਖ ਸਕੂਲ ਵੀ ਉੱਥੇ ਆਏ ਹੋਏ ਸੀਗੇ, ਵੱਖ ਵੱਖ ਸਕੂਲਾਂ ਵੈਨਾਂ ਦੇ ਵਿੱਚ ਆਏ ਹੋਏ ਸੀਗੇ। ਅਤੇ ਇਸੇ ਤਰੀਕੇ ਨਾਲ ਪਿੰਡ ਦੇ ਪਤਵੰਤ ਅਤੇ ਸੱਜਣ ਵੀ ਮੇਲਾ ਵੇਖਣ ਸੀ, ਜਿਹੜਾ ਮੈਥ ਮੇਲੇ ਦੇ ਵਿੱਚ ਆਏ ਹੋਏ ਸੀ। ਗੁਰਪਿਆਰ ਦੀ ਮੌਤ ਨਿੱਜੀ ਸਕੂਲ ਦੀ ਬੱਸ ਹੇਠਾਂ ਆਉਣ ਕਾਰਨ ਹੋਈ ਅਤੇ ਇਸ ਹਾਦਸੇ ਵਿੱਚ ਇੱਕ ਹੋਰ ਵਿਦਿਆਰਥੀ ਦਾ ਵਾਲ-ਵਾਲ ਬਚਾਅ ਹੋ ਗਿਆ। ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ। ਸਕੂਲ ਦਾ ਗੇਟ ਹੈ ਹਾਈਟ 'ਤੇ ਬਣਿਆ ਹੈ, ਜਦੋਂ ਉਹਦੇ ਗੇਟ ਦੇ ਉੱਪਰ ਪਹੁੰਚੀ ਹੈ ਬੱਸ, ਤਾਂ ਉੱਥੇ ਅਚਾਨਕ ਬੱਸ ਬੰਦ ਹੋ ਗਈ। ਉਦੋਂ ਕਿਵੇਂ ਬੇਕਾਬੂ ਹੋ ਕੇ ਬੈਕ ਰੁੜ ਗਈ ਅਤੇ ਉਹ ਸੰਭਾਲ ਨਹੀਂ ਪਾਇਆ ਅਤੇ ਬੱਚੇ ਉਹਦੇ ਥੱਲੇ ਆ ਗਏ। ਇਸ ਕਰਕੇ FIR ਲੌਂਚ ਕਰ ਰਹੇ ਹਾਂ ਜੀ, ਜੋ ਕਾਨੂੰਨੀ ਕਾਰਵਾਈ ਬਣਦੇ ਕਰਾਂਗੇ। ਫੌਤ ਹੋਏ ਵਿਦਿਆਰਥੀ ਦੇ ਮਾਪੇ ਹਾਲੇ ਕੁਝ ਵੀ ਕਹਿਣ ਲਈ ਸਾਹਮਣੇ ਨਹੀਂ ਆ ਰਹੇ। ਇਸ ਹਾਦਸੇ ਕਾਰਨ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਿਆ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਮੁਲਜ਼ਮ ਨੂੰ ਕਾਬੂ ਕਰਕੇ ਪੀੜਤ ਪਰਿਵਾਰ ਨੂੰ ਜਲਦ ਇਨਸਾਫ ਦਿੱਤਾ ਜਾਵੇ। ਦਿੜਬਾ ਤੋਂ ਕੈਮਰਾ ਪਰਸਨ ਸੰਜੀਵ ਦੇ ਨਾਲ ਵਿਨੋਦ ਗੋਇਲ, ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।